ਸੁਖਬੀਰ ਕੌਰ ਜੀ, ਤੁਹਾਡਾ ਆਪਰੇਸ਼ਨ ਹੋਇਆ ਹੈਗਾ 12 ਜੁਲਾਈ 2020 ਨੂੰ, ਹੈ ਨਾ? ਹਾਂਜੀ 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 ਤੇ ਜਿਵੇਂ ਹੁਣ ਉਮਰ ਤੁਹਾਡੀ ਕਿੰਨੀ? 71 ਹਾਂਜੀ ਸੀ ਨਾ? ਹਾਂਜੀ 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 ਤੇ ਕੀ ਮਹਿਸੂਸ ਕਰਦੇ ਹੋ ਤੁਹਾਨੂੰ ਪਹਿਲਾਂ ਦੀ ਜ਼ਿੰਦਗੀ ਦਾ ਤੇ ਹੁਣ ਦਾ, ਵੀ ਹੁਣ ਮੈਨੂੰ ਕੀ ਬਹੁਤ ਫਰਕ ਰਿਹਾ ਤੁਹਾਡਾ? ਉਦੋਂ ਤੋਂ ਮੈਥੋਂ ਤੁਰਿਆ ਨਹੀਂ ਜਾਂਦਾ ਸੀ, ਸਾਹ ਫੁੱਲਦਾ ਸੀਗਾ, ਤੇ ਹੁਣ ਮੈਂ ਵਧੀਆ ਹੁਣ ਤਰ੍ਹਾਂ ਕੋਈ ਸਾਹ ਜਾਂਦਾ, ਨਹੀਂ ਚੜ੍ਹਦਾ? ਨਾ ਨਹੀਂ ਹੁਣ ਕੋਈ ਸਾਹ ਨਹੀਂ ਚੜ੍ਹਦਾ, ਹੁਣ ਤੇ ਕੰਮ ਕੁੰਮ ਕਰ ਲਿਆ, ਸ਼ੂਗਰ ਕਿਵੇਂ ਰਹਿੰਦੀ ਸ਼ੂਗਰ ਹੈ? ਠੀਕ ਹੈ ਜੀ, ਖਾਣ 'ਚ ਤਾਂ ਨਹੀਂ ਕੋਈ ਦਿੱਕਤ ਆਉਂਦੀ? ਨਹੀਂ ਕਿੰਨੀ ਕੋਈ ਦਿੱਕਤ ਨਹੀਂ ਆਉਂਦੀ ਜੇ ਆਪਾਂ ਰੋਟੀਆਂ 'ਚ ਗੱਲ ਕਰੀਏ, ਕਿੰਨੀ ਹੈ? 1.5-2 ਰੋਟੀਆਂ ਖਾ ਹਾਂ ਸਕਦੇ ਜੀ ਹਾਂ ਇੱਕ ਰੋ ਟਾਈਮ ਰੋ ਤੇ? ਹਾਂ ਜੀ ਹਾਂ ਇੱਕ ਟਾਈਮ 2 ਰੋਟੀਆਂ ਕੋਈ ਖਾ ਏਦਾਂ ਲਓ। ਮੈਂਟਲੀ ਐ ਨਹੀਂ ਲੱਗਦਾ ਕਿ ਮੇਰੇ ਤੋਂ ਨਾ ਖਾਧਾ ਜੀ ਨਹੀਂ ਨਾ ਜਾ ਜੀ ਰਿਹਾ, ਮੈਂ ਜੀ ਮੈਂ ਖਾਧੀ ਜਾਂਦਾ ਤੇ ਕੋਈ ਨਾ ਉਲਟੀ ਜੀ ਵਗੈਰਾ ਤਾਂ ਨਹੀਂ ਕੋਈ ਆਉਂਦੀ? ਨਾ ਜੀ ਕੋਈ ਉਲਟੀ ਨਹੀਂ। ਅੱਛਾ, ਹਾਂ ਨਾ ਕੋਈ ਜੀ ਕੱਚਾ ਹੋਵੇ, ਕੁਛ ਨਹੀਂ ਹੁੰਦਾ, ਕਿਉਂਕਿ ਤੁਹਾਡਾ ਅਸੀਂ ਕੀਤਾ ਵੀ ਟੇਲਰਿੰਗ ਉਵੇਂ ਕੀਤੀ ਹੋਈ ਆ ਵੀ ਬਹੁਤਾ ਜ਼ਿਆਦਾ ਵੀ ਨਹੀਂ ਠੀਕ ਘਟਾਇਆ, ਠੀਕ ਹੈ ਜੀ, ਕਿਉਂਕਿ ਫਿਰ ਜ਼ਿਆਦਾ ਵੀਕਨੈਸ ਆ ਆ ਜਾਂਦੀ ਹੈ ਜਾਂਦੀ ਖਾਸ ਹੈ। ਕਰਕੇ ਇਸ ਉਮਰ ਦੇ ਵਿੱਚ, ਹਾਂ ਜੀ ਹਾਂ ਜੀ ਹਾਂ ਜੀ, ਤਾਂ ਵੀ ਧਿਆਨ ਥੋੜਾ ਰੱਖਣਾ ਉਮਰ ਪੈਂਦਾ। ਜ਼ਿਆਦਾ ਹੋ ਗਈ। ਸੋ ਇਸ ਲਈ ਜਿਹੜਾ ਏਜ ਵਾਲੀ ਗੱਲ ਹੈ, 90 ਸਾਲ ਤੇ ਚੂਲਾ ਬਦਲਿਆ ਜਾ ਸਕਦਾ ਹੈ, ਹਾਂ ਜੀ ਤਾਂ ਫਿਰ ਇਹ ਕਿਉਂ ਨਹੀਂ ਕੀਤਾ ਜਾ ਸਕਦਾ? ਨਾ ਕੀਤਾ ਚੂਲਾ ਜਾਂਦਾ, ਬਦਲਣ ਤੇ ਤਾਂ ਫਿਰ 1.5 ਘੰਟਾ ਲੱਗਦਾ, ਲੱਗ ਜਾਂਦਾ। ਇਹ ਤਾਂ 20-25 ਮਿੰਟ 'ਚ ਹੋ ਜਾਂਦਾ। ਠੀਕ, ਇਹਦੇ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਨੂੰ ਫੋਲੋ ਕਰੋ।